ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਇੱਕ ਮਨਹੂਸ ਘੜੀ ਜਿਹੜੀ ਹੈਗੀ ਆ ਉਹ ਆਪਾਂ ਨੂੰ ਫੇਸ ਕਰਨੀ ਪੈ ਰਹੀ ਹੈ। ਲਾਸਾਨੀ ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲਾ ਸਾਹਿਬ ਜਿਹੜੇ ਨੇ ਉਹ ਅਲਵਿਦਾ ਕਹਿ ਗਏ ਨੇ ਇਸ ਫਾਨੀ ਸੰਸਾਰ ਨੂੰ। ਪੰਮੀ ਬਾਈ ਸਾਡੇ ਨਾਲ ਜੁੜੇ ਹੋਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨੀਲਪਿੰਦਰ, ਸਤਿ ਸ਼੍ਰੀ ਅਕਾਲ। ਵੈਸੇ ਤਾਂ ਸਾਲ ਚੜਿਆ, ਪਹਿਲਾ ਮਹੀਨਾ ਸਾਲ ਦਾ, ਪਰ ਪਿਛਲੇ ਦੋ ਤਿੰਨ ਮਹੀਨਿਆਂ 'ਚ ਮੈਂ ਦੂਜੀ ਵਾਰੀ ਤੁਹਾਡੇ ਨਾਲ ਇਹ ਗੱਲ ਕਰ ਰਿਹਾ। ਗੁਰਮੀਤ ਬਾਵਾ ਜੀ ਉਹਨਾਂ ਤੋਂ ਬਾਅਦ ਜਿਹੜਾ ਦੂਜਾ ਦੇਵ ਥਰੀਕਿਆਂ ਵਾਲਾ ਸਾਹਿਬ ਦਾ ਜਾਣਾ ਤੁਹਾਡੀ, ਮੈਂ ਪਹਿਲਾਂ ਤਾਂ ਵਿਛੜੀ ਰੂਹ ਨੂੰ ਜਿਹੜਾ ਹੈਗਾ ਮੈਂ ਚਾਹਾਂਗਾ ਕਿ ਆਪਾਂ ਰਲ ਕੇ ਸ਼ਰਧਾਂਜਲੀ ਦਈਏ ਤੇ ਯਾਦ ਕਰੀਏ ਉਹਨਾਂ ਨੂੰ। ਬਾਈ ਜੀ, ਮੈਂ ਤਾਂ 20 ਦਿਨ ਪਹਿਲਾਂ ਬਾਈ ਜੀ ਹੁਣਾਂ ਨੂੰ ਮਿਲ ਕੇ ਸੰਗਾ ਬੇਨਤੀ ਕਰਕੇ ਆਇਆ ਸੀ ਜੀ। ਸਪੈਸ਼ਲੀ ਮੇਰੇ ਨਾਲ ਕੋਈ ਮਿੱਤਰ ਸੀ ਦਿੱਲੀ ਤੋਂ, ਉਹ ਵੀ ਨਾਲ ਗਏ ਸੀ, ਤੇ ਵੀ ਮੇਰੇ ਲਈ ਇੱਕ ਗੀਤ ਹੋਰ ਲਿਖੋ, ਕਿਉਂਕਿ ਮੈਂ ਹੁਣ ਤੱਕ ਬਾਈ ਹੁਣਾਂ ਦੇ 5 ਗਾਣੇ ਮੈਂ ਰਿਕਾਰਡ ਕੀਤੇ ਨੇ ਉਹਨਾਂ ਦੇ, ਤੇ ਉਸ ਦਿਨ ਬੈਠਿਆਂ 2 ਘੰਟੇ ਉਹਨਾਂ ਦੇ ਨਾਲ ਸਮਾਂ ਬਤੀਤ ਕੀਤਾ, ਤੇ ਉਹ ਕਹਿੰਦੇ ਸੀ ਹਾਲੇ ਨੀ ਮੈਂ ਮਰਦਾ। ਤਾਂ ਉਹ ਮੇਰੇ ਕੋਲ ਵੀਡੀਓ ਵੀ ਸਾਂਭੀ ਪਈ ਆ ਉਹਨਾਂ ਦੀ, ਮੇਰੇ ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਉਹ ਸ਼ੇਅਰ ਵੀ ਕੀਤੀ ਆ ਮੈਂ। ਤੇ ਪਰ ਇਹ ਅੱਜ ਜਿਹੜੀ ਮੋਰਨਿੰਗ, ਅਰਲੀ ਮੋਰਨਿੰਗ ਹੀ ਖਬਰ ਪੜ੍ਹ ਕੇ ਇੰਨਾ ਕੁ ਮਨ ਨੂੰ ਠੇਸ ਪਹੁੰਚੀ ਕਿ ਸੱਚ ਪੁੱਛਦੇ ਹੋ ਵੀ ਯਾਰ, ਉਹਦੀਆਂ ਸਾਰੀਆਂ ਯਾਦਾਂ ਬਾਈ ਨਾਲ ਜੁੜੀਆਂ ਮੇਰੀਆਂ ਜਿੰਨੀਆਂ ਵੀ ਨੇ ਸਾਰੀਆਂ ਐਨ ਤਰੋ ਤਾਜ਼ਾ ਹੋ ਗਈਆਂ, ਤੇ ਸੋਚਿਆ ਨਹੀਂ ਸੀ ਕਿ ਇੰਨੀ ਛੇਤੀ ਜਾਣਗੇ, ਕਿਉਂਕਿ ਬੜੇ ਵਧੀਆ ਢੰਗ ਨਾਲ ਉਹ ਰਹਿ ਰਹੇ ਸੀ। ਹਾਂ, ਇਹ ਗੱਲ ਜ਼ਰੂਰ ਸੀ ਕਿ ਉਹਨਾਂ ਨੂੰ ਉਹਨਾਂ ਦੇ ਜੀਵਨ ਸਾਥਣ ਦਾ ਬੇਵਕਤ ਤੁਰ ਜਾਣਾ ਉਹਨਾਂ ਲਈ ਕਾਫੀ ਦੁਖਦਾਈ ਸੀ, ਇਕੱਲਾਪਣ ਬਹੁਤ ਸੀ, ਪਰ ਫੇਰ ਵੀ ਉੱਥੇ ਉਹਨਾਂ ਦੇ ਸ਼ਾਗਿਰਦ ਵਿਰਦੀ ਹੋਣੀ ਤੇ ਹੋਰ ਕਾਫੀ ਬੰਦੇ, ਉਹਨਾਂ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਦੇਖ ਰੇਖ ਬਹੁਤ ਵਧੀਆ ਕਰ ਰਿਹਾ ਸੀ, ਤੇ ਪਰ ਇੱਕ ਐਡਾ ਵੱਡਾ ਮਤਲਬ ਕਿ ਲੇਖਕ ਜਿਹਨੇ ਕਿ ਪੈੜਾਂ ਪਾਈਆਂ ਨੇ ਸਾਡੀ ਲੋਕ ਗਾਇਕੀ ਦੇ ਧੁਰੇ ਦੇ ਵਾਂਗੂ ਬਣ ਕੇ, ਤੇ ਅਨੇਕਾਂ ਹੀ ਮੇਰੇ ਵਰਗੇ ਕਲਾਕਾਰਾਂ ਨੇ ਉਹਨਾਂ ਨੂੰ ਨਿੱਠ ਕੇ ਗਾਇਆ, ਤੇ ਉਹਨਾਂ ਦਾ ਇਸ ਤਰ੍ਹਾਂ ਰੁੱਖ ਸੁਪਤ ਹੋ ਜਾਣਾ ਬਹੁਤ ਬਹੁਤ ਮੰਦਭਾਗਾ ਤੇ ਬੜਾ ਹੀ ਅਫਸੋਸਜਨਕ। ਬਾਈ ਜੀ, ਤੁਹਾਡੇ ਨਾਲ ਇਹ ਉਚੇਚੀ ਗੱਲ ਕਰਨ ਦਾ ਇੱਕ ਨਾ ਮਕਸਦ ਇਹ ਵੀ ਸੀ ਕਿ ਜਿਹੜੀ ਤੁਸੀਂ ਗੀਤਾਂ ਦੀ ਚੋਣ ਕਰਦੇ ਹੋ ਉਹ ਤੁਸੀਂ ਬੜੀ ਪਾਰਖੂ ਅੱਖ ਨਾਲ ਕਰਦੇ ਹੋ, ਬੜੇ ਮਤਲਬ ਕਿ ਇਹ ਹੁੰਦਾ ਕਿ ਤੁਹਾਡੇ ਵਰਗੇ ਜਿਹੜੇ ਗਾਇਕ ਨੇ, ਫਨਕਾਰ ਨੇ, ਉਹਨਾਂ ਦੇ ਆਲੇ ਦੁਆਲੇ ਬਹੁਤ ਲੋਕ ਡਾਇਰੀਆਂ ਚੱਕੀ ਫਿਰਦੇ ਹੁੰਦੇ ਨੇ ਕਿ ਸਾਡਾ ਗੀਤ ਲੈ ਲਓ, ਸਾਡਾ ਗੀਤ ਲੈ ਲਓ। ਆਪਾਂ ਇੱਕ ਹੁਣ ਗੀਤ ਲਿਖਣ ਬਾਰੇ ਵਾਲੇ ਬਾਰੇ ਗੱਲ ਕਰ ਰਹੇ ਹਾਂ, ਉਹਨਾਂ ਦੀ ਲੇਖਣੀ ਦੇਖੋ ਕੀ ਲੱਗਦਾ ਹੈ ਕਿ ਕੋਈ ਉਹ ਘਾਟਾ ਪੂਰਾ ਕਰ ਸਕੇਗਾ ਜਿਸ ਤਰ੍ਹਾਂ ਦੀ ਲੇਖਣੀ? ਬਿਲਕੁਲ ਹੀ ਨਹੀਂ ਜੀ। ਮੈਂ ਜਦੋਂ ਉਹਨਾਂ ਦਾ ਪਹਿਲਾ ਗੀਤ ਗਾਇਆ ਸੀ ਜਿਹਨੂੰ ਸੰਗੀਤਬੱਧ ਕੀਤਾ ਸੀ ਜਨਾਬ ਚਰਨਜੀਤ ਹੂਜਾ ਨੇ, ਉਹ ਗੀਤ ਪੜ੍ਹਨ ਸਾਰੀ ਐ ਮੈਨੂੰ ਲੱਗ ਰਿਹਾ ਸੀ ਕਿ ਮੈਂ ਮੇਲੇ ਚ ਗਾ ਰਿਹਾ। ਮਤਲਬ ਕਿ ਤੁਸੀਂ ਇਮੈਜਿਨ ਹੀ ਨਹੀਂ ਕਰਨਾ, ਵਿਸਾਖੀ ਦੇ ਰਿਲੇਟਡ ਅਸੀਂ ਉਹ ਗੀਤ ਰਿਕਾਰਡ ਕੀਤਾ। ਢੋਲ ਵੱਜਦਾ ਬੱਜੇ ਨਾਲ ਚਿਮਟਾ ਕੇ ਤੂੰਬੇ ਨਾਲ ਕਾਟੋ ਵੱਜਦੀ, ਕਾਲੇ ਚਾਦਰੇ ਕਲਹਿਰੀ ਮੋਰ ਲੱਗਦੇ, ਸਿਰਾਂ ਤੇ ਚੀਰੇ ਸੱਤ ਰੰਗ ਦੇ, ਕੰਨੀ ਨੱਤੀਆਂ ਗਲਾਂ ਦੇ ਵਿੱਚ ਕੈਂਠੇ, ਹੱਥੀਂ ਡਾਂਗਾਂ ਸੰਮਾਂ ਵਾਲੀਆਂ, ਨਾਰੇ ਨੀ ਚੱਲ ਗੁਰਨਾਮ ਕੁਰੇ। ਮਤਲਬ ਕਿ ਇੰਨਾ ਕਮਾਲ ਦਾ ਗੀਤ ਉਹਨਾਂ ਨੇ ਸਿਰਜਿਆ। ਮੈਨੂੰ ਤਾਂ ਬਾਈ ਜੀ ਇਹ ਲੱਗ ਰਿਹਾ ਕਿ ਤੁਸੀਂ ਕਿਸੇ ਕੋਈ ਡਿਕਸ਼ਨਰੀ ਪੜ੍ਹ ਰਹੇ ਹੋ ਪੰਜਾਬੀ ਸ਼ਬਦਾਵਲੀ ਦੀ। ਮੈਂ ਉਹੀ ਗੱਲ ਹੈ ਕਿ ਸਾਡੇ ਕੋਲੇ ਬਹੁਤ ਘੱਟ ਉਸ ਤਰ੍ਹਾਂ ਦੇ ਬਾਈ ਦੇਵ ਥਰੀਕਿਆਂ ਦੇ ਮੁਕਾਬਲੇ ਦੇ ਗੀਤਕਾਰ ਨੇ ਜਿਨ੍ਹਾਂ ਨੇ ਲਿਟਰੇਚਰ ਨੂੰ ਨਿੱਠ ਕੇ ਕਹਿੰਦੇ ਨੇ ਸਾਡੇ ਗੀਤਾਂ ਦੇ ਵਿੱਚ ਸਿਰਜਿਆ। ਮੈਂ ਉਹਨਾਂ ਦਾ ਹਮੇਸ਼ਾ ਹੀ ਉਹ ਗੀਤ ਮੈਨੂੰ ਗਾਉਣ ਦਾ ਮਾਣ ਪ੍ਰਾਪਤ ਹੋਇਆ। ਨਾਰਾਂ ਵਿੱਚੋਂ ਨਾਰ ਪੰਜਾਬਣ, ਗਿੱਧਿਆਂ ਦੀ ਸਰਦਾਰ ਪੰਜਾਬਣ, ਦਿਲ ਵਾਲੀ ਦਿਲਦਾਰ ਪੰਜਾਬਣ, ਤੜਕੇ ਉੱਠ ਕੇ ਦੁੱਧ ਰਿੜਕਦੀ ਨਾਲੇ ਪੜ੍ਹਦੀ ਬਾਣੀ, ਉਹ ਕੁੜੀ ਪੰਜਾਬਣ ਵੀ ਹੈ ਗਿੱਧਿਆਂ ਦੀ ਰਾਣੀ। ਦੱਸੋ ਕੌਣ ਲਿਖ ਸਕਦਾ ਹੈ ਗੱਲ? ਇਸ ਲਿਖਣਾ ਦੂਰ ਦੀ ਗੱਲ ਜੀ, ਮੈਨੂੰ ਲੱਗਦਾ ਸੋਚ ਨਹੀਂ ਸਕਦੇ ਅਸੀਂ। ਸੋ ਮੇਰੇ ਹਿੱਸੇ ਉਹਨਾਂ ਦੇ ਬੜੇ ਹੀ ਨਾ ਮਤਲਬ ਕਿ ਨਾ ਭੁੱਲਣ ਵਾਲੇ ਗੀਤ, ਜੱਟ ਜੱਟਾਂ ਦਾ ਤੇ ਭੋਲੂ ਐ ਨਰੈਣ ਦਾ ਕਿ ਬਾਈ ਗੱਲਾਂ ਖਰੀਆਂ ਕਰੇ, ਇਹੋ ਜਿਹੇ ਗੀਤ ਮੇਰੇ ਹਿੱਸੇ ਆਏ, ਤੇ ਮੈਂ ਬੜਾ ਆਪਦੇ ਆਪ ਨੂੰ ਬੜਾ ਭਾਗੀ ਸਮਝਦਾ ਕਿ ਬਾਈ ਦੀ ਸਰਮੌਰ ਕਲਮ ਨੇ ਮੈਨੂੰ ਇੰਨੇ ਅੱਛੇ ਅੱਛੇ ਗੀਤ ਦਿੱਤੇ, ਤੇ ਉਹ ਗੀਤ ਗਾਉਣ ਦਾ ਮੈਂ ਮਾਣ ਹਾਸਲ ਕੀਤਾ। ਤੇ ਪਰ ਬਾਈ ਦੇ ਇਸ ਤਰ੍ਹਾਂ ਅਚਾਨਕ ਰੁਖਸਤ ਹੋਣ ਦੇ ਨਾਲ ਅੱਜ ਇੱਕ ਫਿਜ਼ਾ ਉਸ ਲੋਕ ਗਾਇਕੀ ਦੇ ਜੋ ਬਹੁਤ ਬਹੁਤ ਨੇੜੇ ਹੋ ਕੇ ਲਿਖਦੇ ਸੀ,
ਤੇ ਉਹ ਸਾਤੋਂ ਵਿਛੜ ਗਈ ਹੈ, ਸਦਾ ਲਈ ਵਿਛੜ ਗਈ ਹੈ। ਪਰ ਉਹਨਾਂ ਦੇ ਗੀਤ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਹੈ ਹੀਰ ਦੀ ਆ ਲੈ ਵੇਖ ਗੋਰਖਾ ਉੜਦੀ ਹੈ ਫੁਲਕਾਰੀ, ਉਹ ਸਾਰੀ ਰਹਿੰਦੀ ਦੁਨੀਆਂ ਤੱਕ ਇਹ ਗਾਣੇ ਅਮਰ ਰਹਿਣਗੇ। ਮੈਂ ਵੈਸੇ ਇਹ ਨਾ ਅਗਲੇ ਸਵਾਲ ਵੱਲ ਆਉਣ ਲੱਗਾ ਸੀ ਜੀ ਬਾਈ ਜੀ, ਮਾਣਕ ਸਾਹਿਬ ਦਾ ਜੇ ਮੇਰੇ ਖਿਆਲ ਚ ਮਾਣਕ ਮਾਣਕ ਨਾ ਹੁੰਦੇ ਜੇ ਦੇਵ ਤਰੀਕੇ ਵਾਲਾ ਦੇ ਗੀਤ ਨਾ ਹੁੰਦੇ। ਬਿਲਕੁਲ ਬਿਲਕੁਲ, ਕੋਈ ਦੋ ਰਹਾ ਨੀ, ਤੇ ਇਹ ਉਹ ਗੱਲ ਮੰਨਦੇ ਵੀ ਸੀ ਇਸ ਗੱਲ ਨੂੰ ਕਿ ਪਤਾ ਨੀ ਉਹਦੇ ਲਈ ਇੰਨਾ ਖੂਬਸੂਰਤ ਕਿਵੇਂ ਲਿਖਿਆ ਗਿਆ। ਈਵਨ ਦੈਨ ਕਿ ਸੁਰਿੰਦਰ ਸ਼ਿੰਦਾ ਹੁਣੀ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਨੇੜੇ ਦੇ, ਤੇ ਉਹਨਾਂ ਨੇ ਚੰਦਾ ਸਾਹਿਬ ਨੂੰ ਵੀ ਬੜੇ ਗਾਣੇ ਦਿੱਤੇ। ਪਰ ਜੋ ਮਤਲਬ ਕਿ ਮਾਨਕ ਸਾਹਿਬ ਲਈ ਜੋ ਉਹਨਾਂ ਨੇ ਲਿਖਿਆ, ਚੱਕ ਕੇ ਚੰਮਣ ਯਾਰੋ ਡੋਲੀ ਚੜ ਗਈ ਖੇੜਿਆਂ ਦੀ, ਰਾਂਝਾ ਚਾਕ ਫਿਰ ਦੋ ਹੱਥੜ ਪੱਟੀ ਮਾਰੇ, ਇਹ ਚੀਜ਼ਾਂ ਕਿਹਨੇ ਲਿਖਣੀਆਂ ਨੇ। ਇੱਕ ਗੱਲ ਹੋਰ ਕਮਾਲ ਦੀ ਹੈ ਬਾਈ ਜੀ, ਹੁਣ ਗੱਲ ਤੁਰੀ ਹੈ ਤਾਂ ਕੀ ਲੱਗਦਾ ਹੈ ਕਿ ਜੋ ਪੰਜਾਬ ਸੀ, ਜੋ ਪੰਜਾਬ ਹੈ ਭਾਵੇਂ ਕਹਿ ਲਓ ਕਿ ਉਹ ਪੰਜਾਬ ਦਾ ਵਿਖਿਆਨ ਕਰਨ ਵਾਲੇ ਬੰਦੇ ਹੌਲੀ ਹੌਲੀ ਮੁੱਕਦੇ ਜਾ ਰਹੇ ਨੇ, ਉਹ ਸ਼ੌਂਕ ਨਹੀਂ ਰਿਹਾ। ਮੈਂ ਅਸਲੀ ਗੱਲ ਤੇ ਆਉਣਾ ਚਾਹੁੰਦਾ, ਸ਼ੌਂਕ ਨਹੀਂ ਰਿਹਾ। ਇਹ ਵੀ ਗੱਲ ਤੁਹਾਡੀ ਰਾਜਪਿੰਦਰ ਬਿਲਕੁਲ ਦਰੁਸਤ ਹੈਗੀ ਹੈ, ਪਰ ਸਾਡੀ ਬਦਕਿਸਮਤੀ ਇਹ ਹੈਗੀ ਹੈ ਕਿ ਸਾਡੀਆਂ ਸਰਕਾਰਾਂ, ਸਾਡੇ ਕਲਚਰ ਡਿਪਾਰਟਮੈਂਟ ਇਹੋ ਜਿਹੇ ਨਾਬ ਹੀਰਿਆਂ ਨੂੰ ਸਾਂਭਣ ਦੇ ਲਈ ਅਸਮਰੱਥ ਰਹੀਆਂ ਨੇ। ਉਹਨਾਂ ਨੇ ਇਹਨਾਂ ਦੀਆਂ ਜੀਵਨੀਆਂ ਨੂੰ, ਇਹਨਾਂ ਦੀਆਂ ਡਾਕੂਮੈਂਟੇਸ਼ਨਾਂ ਨੂੰ ਸਾਂਭਿਆ ਨਹੀਂ, ਤਾਂ ਕਿ ਸਾਡੀ ਆਉਣ ਵਾਲੀ ਪਨੀਰੀ ਜਿਹੜਾ, ਕਿਉਂਕਿ ਹਰ 10 ਵਰੇ ਮਗਰੋਂ ਇੱਕ ਨਵਾਂ ਯੁੱਗ ਪੈਦਾ ਹੋ ਜਾਂਦਾ, ਤੇ ਉਸ ਦੇ ਲਈ ਬੜਾ ਮੈਨੂੰ ਅਫਸੋਸ ਲੱਗਦਾ ਹੈ। ਇਹੋ ਜਿਹੇ ਮਹਿਕਮਿਆਂ ਚ ਕੰਮ ਕਰਨ ਵਾਲੇ ਆਫੀਸਰ ਸਾਹਿਬਾਨ ਖਾਮੋਸ਼ ਬੈਠੇ ਨੇ, ਸਾਡੀ ਡੇ ਬਾਈ ਡੇ ਖੁਰ ਰਹੀ ਹੈ ਇਹਨਾਂ ਚੀਜ਼ਾਂ ਨੂੰ, ਕੌਣ ਸਾਂਭੂਗਾ? ਜੇ ਸਰਕਾਰਾਂ ਦੇ ਸੱਭਿਆਚਾਰਕ ਵਿਭਾਗ ਨਹੀਂ ਸਾਂਭਣਗੇ ਤੇ ਹੋਰ ਕੌਣ ਸਾਂਭੂਗਾ? ਪਰ ਬਾਈ ਜੀ, ਜਿਹੜੇ ਤੁਸੀਂ ਇਹ ਮੁੱਦਾ ਚੁੱਕ ਰਹੇ ਹੋ, ਜਿਹੜੀ ਗੱਲ ਕਹਿ ਰਹੇ ਹੋ, ਇਹ ਅੱਜ ਬੜੀ ਢੁਕਵੀਂ ਹੈ, ਕਿਉਂਕਿ ਅੱਜ ਸਿਆਸਤ ਦੇ ਵਿੱਚ, ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ। ਈਵਨ ਕਿ ਇੱਕ ਪਾਰਟੀ ਐਸੀ ਹੈ ਜਿਹਨੇ ਇੱਕ ਕਲਾਕਾਰ ਭਾਈਚਾਰੇ ਚੋਂ ਆਏ ਬੰਦੇ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਿਆ ਹੋਇਆ ਹੈ। ਈਵਨ ਕਿ ਜਿਹੜੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਉਹ ਵੀ ਕਲਾ ਪ੍ਰੇਮੀ ਨੇ, ਬੜੇ ਆਪਣੇ ਆਪ ਬਾਰੇ ਬੜਾ ਦਾਅਵਾ ਕਰਦੇ ਨੇ। ਕੀ ਲੱਗਦਾ ਨਹੀਂ ਕਿ ਹੁਣ ਤਾਂ ਜ਼ਰੂਰ ਮੇਰੇ ਖਿਆਲ 'ਚ ਕਲਾਕਾਰ ਭਾਈਚਾਰੇ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਕਿ ਉਹ ਇਹ ਗੱਲਾਂ ਕਿ ਇਸ ਤਰ੍ਹਾਂ ਚੀਜ਼, ਦੇਖੋ ਬੰਦੇ ਦਾ ਆਉਣਾ ਤੇ ਜਾਣਾ ਇਹ ਤਾਂ ਪਰਮਾਤਮਾ ਦੇ ਹੱਥ ਹੈ, ਪਰ ਉਹਨੂੰ ਸਾਂਭਣਾ ਇਹ ਤਾਂ ਬੰਦੇ ਦੇ ਹੱਥ ਹੈ। ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜੇ ਰਾਜਨੀਤਿਕ ਵਾਣ ਲੋਕ ਨੇ ਨਾ ਜੀ, ਇਹਨਾਂ ਦੀ ਕੰਸੈਂਟਰੇਸ਼ਨ ਸਿਰਫ ਨੋਟਾਂ ਤੇ ਵੋਟਾਂ ਤੱਕ ਸੀਮਤ ਹੈ। ਮੈਂ ਬਹੁਤ ਨੇੜੇ ਹੋ ਕੇ ਰਾਜਨੀਤਿਕ ਲੋਕਾਂ ਨੂੰ ਵੇਖਿਆ, ਮਾਣਿਆ ਜੀ, ਕਿਉਂਕਿ ਇਹ ਗੱਲਾਂ ਤੇ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਪਰ ਫਿਰ ਸਾਰਾ ਕੁਝ ਭੁੱਲ ਜਾਂਦੇ ਨੇ, ਤੇ ਇਹ ਸਾਡੀ ਤ੍ਰਾਸਦੀ ਹੈ, ਸਾਡੀ ਬਦਕਿਸਮਤੀ ਹੈ। ਇਹਨਾਂ ਤੋਂ ਸਾਨੂੰ ਕੋਈ ਬਾਹਲਾ ਅਪੇਕਸ਼ਾ ਕਰਨ ਦੀ ਲੋੜ ਨਹੀਂ ਇਹਨਾਂ ਲੋਕਾਂ ਤੋਂ, ਕਿਉਂਕਿ ਇਹਨਾਂ ਦੇ ਕਰੈਕਟਰ ਕਰਤਾਰ ਜਿਹੜੇ ਨੇ ਉਹ ਜਦੋਂ ਰਾਜਨੀਤੀ 'ਚ ਆਉਂਦੇ ਨੇ ਤੇ ਬਦਲ ਜਾਂਦੇ ਨੇ, ਤੇ ਇਹ ਤੇ ਇੰਨਿਆਂ 'ਚ ਉੱਠੂਗਾ ਕੋਈ ਸੂਰਮਾ, ਕੋਈ ਆਪਣੇ ਆਪ ਹੀ ਕੋਈ ਇਸ ਤਰ੍ਹਾਂ ਦੀ ਗੱਲ ਅੱਗੇ ਤੁਰ ਪਏ ਤਾਂ ਬੜੀ ਵੱਡੀ ਗੱਲ ਹੈਗੀ ਆ, ਪਰ ਇਹਨਾਂ ਤੋਂ ਮੈਨੂੰ ਕੋਈ ਭੋਰਾ ਵੀ ਉਮੀਦ ਨਹੀਂ। ਜਨ ਜਨ ਦੇ ਦੇਵ ਸਾਹਿਬ ਦੀ ਕੋਈ ਯਾਦਗਾਰ ਮੇਰੇ ਖਿਆਲ 'ਚ ਜ਼ਰੂਰ ਬਣਨੀ ਚਾਹੀਦੀ ਹੈ, ਤੁਸੀਂ ਆਪਣੇ ਮੁਖਾਰਵੇ ਦੀ ਚੋਂ ਜੀ ਇਹ ਵੀ ਮੰਗ ਕਰ ਲਓ। ਦੇਖੋ ਦੇਵ ਤਰੀਕਿਆਂ ਵਾਲੇ ਸਾਹਿਬ ਦੇ ਲਈ ਜ਼ਰੂਰ ਕਹਿੰਦੇ ਨੇ ਸਾਡੇ ਸੱਭਿਆਚਾਰਕ ਡਿਪਾਰਟਮੈਂਟ ਨੂੰ ਉਹਨਾਂ ਦੇ ਲਈ ਉਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ, ਬਾਕੀ ਦੇ ਸਮਾਜ ਸੇਵੀ ਲੋਕ ਤੇ ਇਹੋ ਜਿਹੀਆਂ ਕੰਮਾਂ ਦੇ ਲਈ ਅੱਗੇ ਵੀ ਪਹਿਲਾਂ ਨਿੱਤਰ ਕੇ ਮੂਹਰੇ ਆਉਂਦੇ ਨੇ, ਤੇ ਉਹ ਤੇ ਹੈ ਹੀ ਹੈ। ਪਰ ਇੱਕ ਵੱਡੇ ਕਲਾਕਾਰ, ਇੱਕ ਸ਼੍ਰੋਮਣੀ ਅਵਾਰਡੀ ਕਲਾਕਾਰ ਨੂੰ ਬਹੁਤ ਅੱਛੇ ਸਤਿਕਾਰ ਮਿਲਣਾ ਚਾਹੀਦਾ ਉਹਦੇ ਰੁਖਸਤ ਹੋਣ ਦੇ ਉੱਤੇ ਵੀ, ਤੇ ਅੱਜ ਮੇਰੇ ਕੋਲ ਜਾਤੀ ਪਰਿਵਾਰਕ ਰਜੇਵਿਆਂ ਕਰਕੇ ਮੈਂ ਉਹਨਾਂ ਦੇ ਸੰਗਾਂ ਲਾਸਟ ਵਿਦੇਗੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਿਆ, ਇਸ ਗੱਲ ਦਾ ਮੈਨੂੰ ਅਫਸੋਸ ਵੀ ਹੈਗਾ ਉਸ ਰੰਗਲੇ ਸੱਜਣ ਨੂੰ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮੈਂ 20 ਦਿਨ ਪਹਿਲਾਂ ਆਪਦੇ ਰੰਗਲੇ ਸੱਜਣ ਨੂੰ ਅਚੇਚੇ ਮਿਲ ਕੇ ਆਇਆ ਤੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਮਰਨ ਤੋਂ ਮਗਰੋਂ ਤਾਂ ਦੁਨੀਆ ਬਹੁਤ ਡੁਸਕਦੀ ਦੇਖੀ ਹੈ, ਪਰ ਜਿਉਂਦੇ ਜੀ ਬਹੁਤ ਘੱਟ ਲੋਕ ਨੇ ਜਿਹੜੇ ਕਿਸੇ ਦਾ ਪਤਾ ਲੈਣ ਆਉਂਦੇ ਨੇ, ਤੇ ਮੈਂ ਬੜਾ ਬੜਭਾਗੀ ਹਾਂ, ਮੇਰਾ ਸੱਚੇ ਪਾਤਸ਼ਾਹ ਦਾ ਸ਼ੁਕਰ ਗੁਜ਼ਾਰ ਕਰਦਾ ਕਿ ਮੈਨੂੰ ਉਹ ਪਲ ਬਖਸ਼ੇ, ਮੈਂ ਬਾਈ ਨਾਲ ਸਮਾਂ ਬਤੀਤ ਕੀਤਾ ਤੇ ਬੜੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ,
ਉਹਨਾਂ ਨਾਲ ਗੀਤ ਤਾਜੇ ਕੀਤੇ ਤੇ ਉਹਨਾਂ ਨੇ ਲਾਸਟ 'ਚ ਕਿਹਾ ਕਿ ਬਾਈ ਤੇਰਾ ਗੀਤ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਨੂੰ, ਮੇਰੇ ਦਿਲ ਦੇ ਉੱਤੇ ਹੈ। ਬਾਈ ਜੀ ਤੁਹਾਡੀ ਨਾ ਇੱਕ ਗੱਲ ਮੈਨੂੰ ਬੜੀ ਖੂਬਸੂਰਤ ਲੱਗੀ ਹੈ ਕਿ ਤੁਸੀਂ ਜਿਉਂਦੇ ਜੀ ਉਹਨਾਂ ਦਾ ਪਤਾ ਲੈਣ ਗਏ ਸੀ। ਗੱਲ ਤਾਂ ਇਹੀ ਹੈ ਕਿ ਪਤਾ ਲੈਣ ਦੀ ਪਿਰਤ ਭੁੱਲਦੀ ਜਾ ਰਹੀ ਹੈ। ਪਤਾ ਲੈਣਾ ਬਣਦਾ ਹੈ ਹਰ ਉਸ ਬੰਦੇ ਦਾ ਜਿਹੜਾ ਜਿਹਨੇ ਕੋਈ ਵੀ ਯੋਗਦਾਨ ਪਾਇਆ। ਮੇਰੇ ਖਿਆਲ 'ਚ ਆਪਾਂ ਪਤਾ ਲੈਂਦੇ ਰਹੀਏ ਤਾਂ ਦੇਵ ਸਰੀਕਿਆਂ ਵਾਲੇ ਸਾਹਿਬ ਹੋਣ, ਗੁਰਮੀਤ ਬਾਬਾ ਜੀ ਹੋਣ, ਮਾਣਕ ਸਾਹਿਬ ਹੋਣ, ਇਹ ਹਮੇਸ਼ਾ ਹੀ ਜਿਉਂਦੇ ਰਹਿਣਗੇ ਜੇ ਅਸੀਂ ਪਤਾ ਲੈਣ ਦੀ ਇਹ ਪਿਰਤ ਜਾਰੀ ਰੱਖੀਏ। ਬਿਲਕੁਲ ਸਹੀ ਗੱਲ ਤੁਸੀਂ ਦਰੁਸਤ ਫਰਮਾਇਆ ਹੈਗਾ। ਅਸੀਂ ਉਹਦੇ ਮੈਨੂੰ ਹੰਸ ਦਾ ਗਾਣਾ ਯਾਦ ਆ ਜਾਂਦਾ ਸੀ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਯੈਸ, ਤੇ ਅਸੀਂ ਆਪਦੇ ਰਿਸ਼ਤਿਆਂ ਤੋਂ, ਆਪਦੇ ਉਹਨਾਂ ਯਾਰਾਂ ਦੋਸਤਾਂ ਤੋਂ, ਉਹਨਾਂ ਮਹਾਨ ਬੰਦਿਆਂ ਤੋਂ ਦੂਰ ਹੋ ਗਏ ਹਾਂ, ਤੇ ਜਦ ਕਿ ਸਾਨੂੰ ਉਹਨਾਂ ਦੇ ਨਾਲ ਬੈਠਣ ਦਾ, ਉਹਨਾਂ ਦੇ ਨਾਲ ਗੱਲਬਾਤ ਗੁਫ਼ਤਗੂ ਕਰਨ ਦਾ ਹਰ ਬੰਦੇ ਨੂੰ ਮਾਣ ਹੋਣਾ ਚਾਹੀਦਾ ਕਿ ਹਾਂ ਯਾਰ ਮੈਂ ਉੱਥੇ ਜਾਂਦਾ, ਮੈਂ ਉਹਨੂੰ ਮਿਲਦਾ। ਤੇ ਸਾਡੇ ਬੜੇ ਹੀ ਇਸ ਤਰ੍ਹਾਂ ਦੇ ਸਾਡੇ ਪੰਜਾਬ ਦੇ ਸਰਮੌਰ ਕਵੀ, ਸਾਡੇ ਪਰਿਵਾਰ ਸਮਾਜ ਦੇ ਸਰਮੌਰ ਬੁੱਧੀਜੀਵੀ, ਲੇਖਕ, ਗੀਤਕਾਰ, ਗੀਤ ਗਾਉਣ ਵਾਲੇ ਕਲਾਕਾਰ, ਫਨਕਾਰ, ਇਹਨਾਂ ਸਾਰੇ ਜਿੰਨੇ ਵੀ ਇਸ ਓਲਡ ਏਜ ਦੇ ਵਿੱਚ ਜਾਂਦੇ ਨੇ, ਤੇ ਅਸੀਂ ਉਹਨਾਂ ਨੂੰ ਵਿਸਰ ਜਾਂਦੇ ਹਾਂ, ਭੁੱਲ ਜਾਂਦੇ ਹਾਂ, ਤੇ ਇਹ ਭੁੱਲਣਾ ਨਹੀਂ ਚਾਹੀਦਾ। ਬਿਲਕੁਲ ਬਿਲਕੁਲ, ਆਪਾਂ ਪਤਾ ਲੈਂਦੇ ਰਹਾਂਗੇ। ਖੈਰ ਜਦੋਂ ਤੱਕ ਤੁਹਾਡੇ ਵਰਗੀ ਸੋਚ ਵਾਲੇ ਲੋਕ ਨੇ ਤੇ ਤੁਹਾਡੇ ਤੋਂ ਸੇਧ ਲੈ ਕੇ ਅਸੀਂ ਥੋੜਾ ਬਹੁਤਾ ਇਸ ਪਾਸੇ ਵੱਲ ਕੋਈ ਤਿਲ ਫੁੱਲ ਪਾਉਂਦੇ ਹਾਂ, ਤਾਂ ਮੈਨੂੰ ਲੱਗਦਾ ਨਹੀਂ ਕਿ ਸਾਡੇ ਦਿਲਾਂ ਚੋਂ ਕਦੇ ਇਹ ਲੋਕ ਮੁੱਕਣਗੇ। ਬਹੁਤ ਸ਼ੁਕਰੀਆ ਪੰਮੀ ਬਾਈ ਜੀ ਸਕਾਈ ਨਿਊਜ਼ ਨਾਲ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ।